ਬਠਿੰਡਾ 'ਚ ਸੜਕ ਹਾਦਸੇ ਦੇ ਕਾਰਨ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਜ਼ਖਮੀ ਹੋ ਗਏ। ਹਾਦਸਾ ਉਦੋਂ ਵਾਪਰਿਆ ਜਦੋਂ ਹਰਦੇਵ ਮਾਹੀਨੰਗਲ ਦੀ ਇਨੋਵਾ ਗੱਡੀ ਜੱਸੀ ਪੋਵਾਲੀ ਦੇ ਕੋਲ ਖੜ੍ਹੇ ਇੱਕ ਟਰੱਕ 'ਚ ਜਾ ਵੱਜੀ। ਹਾਦਸੇ ਦੀ ਖਬਰ ਮਿਲਦੇ ਹੀ ਗਾਇਕ ਬੀਰ ਦਵਿੰਦਰ ਹਰਦੇਵ ਮਾਹੀਨੰਗਲ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪਹੁੰਚੇ। ਬਠਿੰਡਾ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਅਧੀਨ ਹਰਦੇਵ ਮਾਹੀਨੰਗਲ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਬਠਿੰਡਾ 'ਚ ਪੈਂਦੇ ਪਿੰਡ ਜੱਸੀ ਪੋਵਾਲੀ ਵਿਖੇ ਵਾਪਰਿਆ। ਇਸ ਦੌਰਾਨ ਉਹਨਾਂ ਦੇ ਸਿਰ ਤੇ ਛਾਤੀ 'ਚ ਅੰਦਰੂਨੀ ਸੱਟਾਂ ਵੀ ਲੱਗੀਆਂ ਨੇ। ਗੱਡੀ ਆਪ ਚਲਾ ਰਹੇ ਸੀ? ਪਤਾ ਲੱਗਿਆ ਕੌਣ ਸੀ? ਅੱਛਾ, ਤੁਹਾਡੇ ਵਾਲੀ ਸਾਈਡ ਮਾਰਿਆ ਕਿਸੇ ਨੇ? ਮੂਹਰੇ ਸ਼ਹਿਰਾਂ ਨੂੰ ਗੱਡੀ ਆ ਕੇ ਵੱਜੀ ਹੈ। ਅੱਛਾ, ਸੱਟ ਕਿੰਨੀ ਕੁ ਜ਼ਿਆਦਾ ਲੱਗੀ ਹੋਈ ਹੈ? ਲੱਤਾਂ ਤੇ ਢਿੱਡਾਂ ਨੂੰ ਪੈਣ ਇੱਥੇ। ਅੱਛਾ, ਕਿਸੇ ਫੰਕਸ਼ਨ 'ਚ ਆ ਰਹੇ ਸੀ? ਵੈਸੇ ਆ ਰਹੇ ਸੀ। ਅੱਛਾ, ਵੈਸੇ ਇੱਥੇ ਕੱਚ ਪਹੁੰਚਾ ਲੱਗਿਆ। ਹਰਦੇਵ ਮਾਹੀਨੰਗਲ ਜਿੰਨੇ ਟੁਕੜੇ ਹੋਣੇ ਦਿਲ ਦੇ, ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਯਾਰ ਦਿਲਦਾਰ ਤੇ ਰੱਬ ਖੈਰ ਕਰੀ ਵਰਗੇ ਗੀਤਾਂ ਨਾਲ ਚਰਚਾ 'ਚ ਰਹਿ ਚੁੱਕੇ ਨੇ। ਬਠਿੰਡਾ ਤੋਂ ਅਮਿਤ ਸ਼ਰਮਾ ਦੀ ਰਿਪੋਰਟ।